ਉਸਾਮਾ ਬਿਨ ਲਾਦਿਨ ਨਾਮ ਸੁਣਦੇ ਹੀ ਤਬਾਹੀ ਅਤੇ ਖੌਫ ਦਾ ਨਜ਼ਾਰਾ ਅੱਖਾਂ ਦੇ ਸਾਹਮਣੇ ਘੁੰਮਣ ਲੱਗਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਉਸਾਮਾ ਬਿਨ ਲਾਦਿਨ ਕਿਵੇਂ ਇੰਨਾ ਜ਼ਿਆਦਾ ਵੱਡਾ ਅੱਤਵਾਦੀ ਸਰਗਣਾ ਬਣ ਗਿਆ, ਕਿਵੇਂ ਉਸਨੇ ਆਪਣਾ ਅੱਤਵਾਦੀ ਸੰਗਠਨ ਬਣਾਇਆ ਤੇ ਕਿਵੇਂ ਉਹ ਅਮਰੀਕਾ ਦਾ ਇੰਨਾ ਜ਼ਿਆਦਾ ਵੱਡਾ ਦੁਸ਼ਮਣ ਬਣ ਗਿਆ। ਉਸਾਮਾ ਦੀ ਮੌਤ ਕਿੱਥੇ ਅਤੇ ਕਿਵੇਂ ਹੋਈ ਤੇ ਮੌਤ ਤੋਂ ਬਾਅਦ ਉਸਦੇ ਸਰੀਰ ਦਾ ਕੀ ਕੀਤਾ ਗਿਆ, ਆਖਰ ਕਿਉਂ ਉਸਦੇ ਸਰੀਰ ਨੂੰ ਸਮੁੰਦਰ ਦੇ ਵਿੱਚ ਇੱਕ ਅਣਜਾਣ ਜਗ੍ਹਾ ਦੇ ਉੱਪਰ ਦਫਨਾਇਆ ਗਿਆ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਜੁੜੇ ਰਹੋ ਮੇਰੇ ਨਾਲ, ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਨੋਟੀਫਿਕੇਸ਼ਨ ਮਿਲ ਸਕੇ, ਕਿਉਂਕਿ ਅਸੀਂ ਇਹ ਤਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦੇ ਰਹਿੰਦੇ ਹਾਂ। ਉਸਾਮਾ ਬਿਨ ਲਾਦਿਨ ਇੰਨਾ ਵੱਡਾ ਅੱਤਵਾਦੀ ਕਿਵੇਂ ਬਣਿਆ, ਉਸ ਤੋਂ ਪਹਿਲਾਂ ਅਸੀਂ ਉਸਦੇ ਬਚਪਨ ਅਤੇ ਉਸਦੀ ਜਵਾਨੀ ਦੇ ਉੱਪਰ ਝਾਤ ਮਾਰ ਲੈਂਦੇ ਹਾਂ। ਸਾਊਦੀ ਅਰਬ ਦੇ ਰਿਆਦ ਸ਼ਹਿਰ ਦੇ ਵਿੱਚ 10 ਮਾਰਚ 1957 ਨੂੰ ਮੁਹੰਮਦ ਅਵਾਦ ਬਿਨ ਲਾਦਿਨ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਇਹ ਬੱਚਾ ਦੇਖਣ ਨੂੰ ਕਾਫੀ ਮਾਸੂਮ ਜਿਹਾ ਲੱਗਦਾ ਸੀ, ਇਸ ਕਰਕੇ ਇਸ ਦਾ ਨਾਮ ਰੱਖਿਆ ਗਿਆ ਉਸਾਮਾ ਬਿਨ ਲਾਦਿਨ। ਉਸਦੇ ਪਿਤਾ ਮੁਹੰਮਦ ਅਵਾਦ ਬਿਨ ਲਾਦਿਨ ਸਾਊਦੀ ਅਰਬ ਦੇ ਇੱਕ ਅਮੀਰ ਬਿਲਡਰ ਸਨ। ਉਹਨਾਂ ਦੇ 52 ਬੱਚੇ ਸਨ, ਜਿਨ੍ਹਾਂ ਦੇ ਵਿੱਚ 17ਵੇਂ ਨੰਬਰ ਵਾਲਾ ਉਸਾਮਾ ਸੀ। ਮੁਹੰਮਦ ਅਵਾਦ ਬਿਨ ਲਾਦਿਨ ਜਾਨੀ ਕਿ ਲਾਦਿਨ ਦੇ ਪਿਤਾ ਦੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ, ਉਸਦੇ ਕੋਲ ਇੰਨਾ ਜ਼ਿਆਦਾ ਪੈਸਾ ਸੀ ਕਿ ਉਸਦੇ ਸਾਰੇ ਬੱਚੇ ਜ਼ਿੰਦਗੀ ਭਰ ਬਹਿ ਕੇ ਖਾ ਸਕਦੇ ਸਨ। ਆਪਾਂ ਇੱਥੇ ਕਹਿ ਸਕਦੇ ਹਾਂ ਕਿ ਉਸਾਮਾ ਬਿਨ ਲਾਦਿਨ ਆਪਣੇ ਮੂੰਹ ਦੇ ਵਿੱਚ ਚਾਂਦੀ ਦਾ ਚਮਚਾ ਲੈ ਕੇ ਜੰਮਿਆ ਸੀ। ਇਹ ਗੱਲ 1966 ਦੀ ਹੈ, ਜਦੋਂ ਉਸਾਮਾ ਤਕਰੀਬਨ 11 ਸਾਲ ਦਾ ਸੀ। ਉਸ ਸਮੇਂ ਉਸਦੇ ਪਿਤਾ ਦੀ ਮੌਤ ਹੋ ਗਈ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸਾਮਾ ਨੂੰ ਵਿਰਾਸਤ ਦੇ ਵਿੱਚ ਤਕਰੀਬਨ $8 ਕਰੋੜ ਮਿਲੇ। ਉਸ ਸਮੇਂ ਉਸਾਮਾ ਸਕੂਲ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਤੇ ਉਹ ਪੜ੍ਹਾਈ ਦੇ ਵਿੱਚ ਕਾਫੀ ਜ਼ਿਆਦਾ ਹੁਸ਼ਿਆਰ ਸੀ ਤੇ ਵੱਡਾ ਹੋ ਕੇ ਇੰਜੀਨੀਅਰ ਬਣਨਾ ਚਾਹੁੰਦਾ ਸੀ। ਪਰ ਕਿਸ ਨੂੰ ਪਤਾ ਸੀ ਕਿ ਅੱਗੇ ਜਾ ਕੇ ਹਾਲਾਤ ਕੁਝ ਅਜਿਹੇ ਹੋ ਜਾਣਗੇ ਕਿ ਉਹ ਇੰਜੀਨੀਅਰ ਬਣਨ ਦੀ ਬਜਾਏ ਇੱਕ ਦੁਨੀਆ ਤੋਂ ਬਹੁਤ ਵੱਡਾ ਅੱਤਵਾਦੀ ਬਣ ਜਾਵੇਗਾ। ਉਸਾਮਾ ਦਾ ਬਚਪਨ ਬਹੁਤ ਵਧੀਆ ਤੇ ਸ਼ਾਂਤੀ ਦੇ ਨਾਲ ਲੰਘਿਆ ਤੇ ਹੁਣ ਵਾਰੀ ਸੀ ਉਸਦੇ ਕਾਲਜ ਦੀ, ਜਾਨੀ ਕਿ ਇੱਕ ਇਨਸਾਨ ਤੋਂ ਉਸਦੇ ਅੱਤਵਾਦੀ ਬਣਨ ਦੀ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਾਮਾ ਨੇ ਕਿੰਗ ਅਬਦੁੱਲਾ ਯੂਨੀਵਰਸਿਟੀ ਦੇ ਵਿੱਚ ਸਿਵਲ ਇੰਜੀਨੀਅਰ ਦੀ ਡਿਗਰੀ ਕਰਨ ਦੇ ਲਈ ਐਡਮਿਸ਼ਨ ਲੈ ਲਈ। ਉਸਾਮਾ ਬਿਨ ਲਾਦਿਨ ਸਿਵਲ ਇੰਜੀਨੀਅਰ ਦੀ ਡਿਗਰੀ ਲੈ ਕੇ ਵੱਡੇ ਵੱਡੇ ਪ੍ਰੋਜੈਕਟਾਂ ਦੇ ਵਿੱਚ ਆਪਣਾ ਹੱਥ ਅਜਮਾਉਣਾ ਚਾਹੁੰਦਾ ਸੀ, ਪਰ ਉਸਦੇ ਕਾਲਜ ਦੇ ਦਿਨਾਂ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਪੂਰੀ ਦੀ ਪੂਰੀ ਕਹਾਣੀ ਹੀ ਬਦਲ ਦਿੱਤੀ। ਅਸਲ ਦੇ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਦੌਰਾਨ ਉਸਾਮਾ ਬਿਨ ਲਾਦਿਨ ਦੀ ਮੁਲਾਕਾਤ ਕਈ ਅਮੀਰ ਬੱਚਿਆਂ ਤੇ ਕਈ ਕੱਟੜਪੰਥੀ ਟੀਚਰਾਂ ਦੇ ਨਾਲ ਹੋਈ, ਪਰ ਜਿਸ ਨੇ ਸਭ ਤੋਂ ਜ਼ਿਆਦਾ ਉਸਾਮਾ ਦਾ ਮਾਈਂਡ ਡਿਵਰਟ ਕੀਤਾ ਉਹ ਸੀ ਸ਼ੇਖ ਅਬਦੁੱਲਾ ਆਲਮ। ਸ਼ੇਖ ਅਬਦੁੱਲਾ ਆਲਮ ਲਾਦਿਨ ਨੂੰ ਬਲਾਦਿਨ ਰਿਲੀਜੀਅਸ ਪੋਲੀਟਿਕਸ ਪੜ੍ਹਾਇਆ ਕਰਦਾ ਸੀ। ਸ਼ੇਖ ਅਬਦੁੱਲਾ ਆਲਮ ਇੱਕ ਕੱਟੜ ਇਸਲਾਮੀਵਾਦੀ ਸੀ ਤੇ ਉਹ ਫਲਸਤੀਨ ਦੇ ਵਿੱਚ ਜੰਮਿਆ ਸੀ ਤੇ ਉਹ ਆਪਣੇ ਸਟੂਡੈਂਟ ਨੂੰ ਵੀ ਕੱਟੜਵਾਦੀ ਬਣਾਉਣ ਦੇ ਉੱਪਰ ਜ਼ੋਰ ਦਿੰਦਾ ਸੀ। ਉਸਾਮਾ ਇਸ ਦੇ ਵਿਚਾਰਾਂ ਦੇ ਨਾਲ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਇਰਾਦਾ ਹੀ ਬਦਲ ਦਿੱਤਾ। ਅਸਲ ਦੇ ਵਿੱਚ ਸ਼ੇਖ ਅਬਦੁੱਲਾ ਆਲਮ ਆਪਣੇ ਸਟੂਡੈਂਟ ਨੂੰ ਮੁਸਲਮਾਨ ਦੇਸ਼ਾਂ ਦੇ ਵਿੱਚੋਂ ਵਿਦੇਸ਼ੀਆਂ ਨੂੰ ਭਜਾਉਣ ਦੀਆਂ ਗੱਲਾਂ ਸਿਖਾਇਆ ਕਰਦਾ ਸੀ ਤੇ ਉਸਦਾ ਮੰਨਣਾ ਸੀ ਕਿ ਇਸਲਾਮ ਨੂੰ ਆਪਣੀਆਂ ਜੜ੍ਹਾਂ ਵੱਲ ਫਿਰ ਤੋਂ ਮੜਾਉਣਾ ਚਾਹੀਦਾ ਹੈ ਤੇ ਉਸਦਾ ਕਹਿਣਾ ਸੀ ਕਿ ਜਿਹੜਾ ਇਹ ਚੀਜ਼ਾਂ ਨੂੰ ਨਹੀਂ ਮੰਨਦਾ ਉਸਦੇ ਖਿਲਾਫ ਜਿਹਾਦ ਛੇੜ ਦੇਣਾ ਜਾਇਜ਼ ਹੈ। ਕਿਤੇ ਨਾ ਕਿਤੇ ਅਬਦੁੱਲਾ ਆਲਮ ਦੀਆਂ ਇਹ ਗੱਲਾਂ ਉਸਾਮਾ ਦੇ ਦਿਲ ਦੇ ਵਿੱਚ ਘਰ ਕਰ ਗਈਆਂ। ਇੱਕ ਇੰਟਰਵਿਊ ਦੇ ਦੌਰਾਨ ਖੁਦ ਉਸਾਮਾ ਦੀ ਮਾਂ ਨੇ ਕਿਹਾ ਸੀ ਕਿ ਉਸਾਮਾ ਦੇ ਦਿਮਾਗ ਨੂੰ ਬਦਲਣ ਦੇ ਵਿੱਚ ਸ਼ੇਖ ਅਬਦੁੱਲਾ ਆਲਮ ਦਾ ਬਹੁਤ ਵੱਡਾ ਹੱਥ ਹੈ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ ਬਾਅਦ ਦੇ ਵਿੱਚ ਸ਼ੇਖ ਅਬਦੁੱਲਾ ਆਲਮ ਨੂੰ ਸਾਊਦੀ ਅਰਬ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸਾਮਾ ਨੇ ਅਬਦੁੱਲਾ ਆਲਮ ਨੂੰ ਆਪਣਾ ਅਧਿਆਤਮਕ ਗੁਰੂ ਬਣਾਇਆ। ਜਦੋਂ ਉਸਾਮਾ ਅਬਦੁੱਲਾ ਆਲਮ ਤੋਂ ਕੱਟੜਪੰਥੀ ਦੀਆਂ ਕਲਾਸਾਂ ਲੈ ਰਿਹਾ ਸੀ, ਉਸ ਸਮੇਂ ਹੀ ਅਫਗਾਨਿਸਤਾਨ ਦੇ ਉੱਪਰ ਸੋਵੀਅਤ ਸੰਘ ਨੇ ਹਮਲਾ ਕਰ ਦਿੱਤਾ ਤੇ ਉਸਾਮਾ ਦੇ ਅੰਦਰ ਜਿਹੜੀ ਅੱਗ ਬਲ ਰਹੀ ਸੀ ਉਸ ਨੂੰ ਹਵਾ ਮਿਲ ਗਈ, ਕਿਉਂਕਿ ਕੱਟੜਪੰਥੀ ਵੱਲ ਵੱਧਦੇ ਹੋਏ ਉਸਾਮਾ ਇਸ ਤੋਂ ਪਹਿਲਾਂ ਵੀ ਹੋਰ ਕਈ ਮੁਸਲਮਾਨ ਕੱਟੜਪੰਥੀ ਸੰਗਠਨਾਂ ਦੇ ਨਾਲ ਹੱਥ ਮਿਲਾ ਚੁੱਕਿਆ ਸੀ ਤੇ ਜਦੋਂ ਹੀ ਉਸ ਨੂੰ ਅਫਗਾਨਿਸਤਾਨ ਤੇ ਹੋਏ ਹਮਲੇ ਬਾਰੇ ਭਣਕ ਪਈ ਤਾਂ ਉਹ ਫਲਾਈਟ ਲੈ ਕੇ ਪਾਕਿਸਤਾਨ ਦੇ ਪਿਸ਼ਾਵਰ ਦੇ ਵਿੱਚ ਪਹੁੰਚ ਗਿਆ, ਜਿੱਥੋਂ ਉਸ ਨੇ ਅਫਗਾਨਿਸਤਾਨ ਦੇ ਸੈਨਿਕਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੂੰ ਫੰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਉੱਥੇ ਉਸ ਨੇ ਅਰਬ ਅਫਗਾਨੀ ਨਾਗਰਿਕਾਂ ਤੇ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਦੇ ਲਈ ਇੱਕ ਗਰੁੱਪ ਬਣਾਇਆ ਜਿਸ ਦਾ ਨਾਮ ਰੱਖਿਆ ਗਿਆ ਦੀਪੇਸ਼। ਬਾਅਦ ਦੇ ਵਿੱਚ ਇਹੀ ਸੰਗਠਨ ਅੱਗੇ ਜਾ ਕੇ ਅੱਤਵਾਦੀ ਗਰੁੱਪ ਬਣਿਆ ਅਲਕਾਇਦਾ। ਜੇਕਰ ਤੁਸੀਂ ਅਲਕਾਇਦਾ ਬਾਰੇ ਨਹੀਂ ਜਾਣਦੇ ਤਾਂ ਮੈਂ ਇਸ ਦੇ ਨਾਲ ਜੁੜੀ ਹੋਈ ਜਾਣਕਾਰੀ ਤੁਹਾਨੂੰ ਦੱਸ ਦਿੰਦਾ ਹਾਂ। ਅਲਕਾਇਦਾ ਉਹੀ ਅੱਤਵਾਦੀ ਸੰਗਠਨ ਹੈ ਜਿਹੜਾ ਇੰਡੀਆ ਸਮੇਤ ਹੋਰ ਵੀ ਕਈ ਦੇਸ਼ਾਂ ਨੂੰ ਹਮਲਿਆਂ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਇਹ ਇੱਕ ਅੰਤਰਰਾਸ਼ਟਰੀ ਜਾਨੀ ਕਿ ਇੰਟਰਨੈਸ਼ਨਲ ਅੱਤਵਾਦੀ ਸੰਗਠਨ ਹੈ। ਇਸ ਦੀ ਸਥਾਪਨਾ ਉਸਾਮਾ ਬਿਨ ਲਾਦਿਨ ਨੇ ਅਬਦੁੱਲਾ ਆਲਮ ਦੇ ਨਾਲ ਮਿਲ ਕੇ 1988 ਦੇ ਵਿੱਚ ਕੀਤੀ ਸੀ। ਵੈਸੇ ਤਾਂ ਇਸ ਸੰਗਠਨ ਨੂੰ ਅਫਗਾਨਿਸਤਾਨ ਦੇ ਬੁਰੇ ਸਮੇਂ ਦੇ ਵਿੱਚ ਅਫਗਾਨੀ ਨਾਗਰਿਕਾਂ ਤੇ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਦੇ ਲਈ ਬਣਾਇਆ ਗਿਆ ਸੀ, ਪਰ ਦੇਖਦੇ ਹੀ ਦੇਖਦੇ ਕਦੋਂ ਇਹ ਸੰਗਠਨ ਇੱਕ ਅੱਤਵਾਦੀ ਸੰਗਠਨ ਬਣ ਗਿਆ ਪਤਾ ਹੀ ਨਹੀਂ ਚੱਲਿਆ। ਇਹ ਸੰਗਠਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ, ਉੱਤਰੀ ਅਟਲਾਂਟਿਕਾ ਸੰਗਠਨ ਜਾਨੀ ਕਿ ਨਾਟੋ, ਯੂਰਪੀਅਨ ਸੰਘ ਜਾਨੀ ਕਿ UNO, ਸੰਯੁਕਤ ਰਾਸ਼ਟਰ ਅਮਰੀਕਾ, ਯੂਨਾਈਟਿਡ ਕਿੰਗਡਮ, ਇੰਡੀਆ ਤੇ ਰੂਸ ਸਮੇਤ ਕਈ ਦੇਸ਼ ਇਸ ਨੂੰ ਅੱਤਵਾਦੀ ਸੰਗਠਨ ਐਲਾਨ ਚੁੱਕੇ ਨੇ। 1998 ਤੱਕ ਚੱਲੀ ਇਸ ਲੜਾਈ ਤੋਂ ਬਾਅਦ ਸੋਵੀਅਤ ਸੰਘ ਨੇ ਅਫਗਾਨਿਸਤਾਨ ਤੋਂ
ਆਪਣੇ ਪੈਰ ਪਿੱਛੇ ਨੂੰ ਖਿੱਚ ਲਏ। ਹੁਣ ਜਦੋਂ ਸਭ ਤੋਂ ਪਹਿਲਾਂ ਵਰਗਾ ਨਾਰਮਲ ਹੋ ਗਿਆ ਤਾਂ ਲਦੇਨ ਵੀ ਆਪਣੀ ਫੈਮਿਲੀ ਦੇ ਨਾਲ ਆਪਣੀ ਕੰਸਟਰਕਸ਼ਨ ਕੰਪਨੀ ਦੇ ਕੰਮ ਦੇ ਲਈ ਸਾਊਦੀ ਵਾਪਸ ਆ ਗਿਆ ਤੇ ਸਾਊਦੀ ਪਹੁੰਚਦੇ ਹੀ ਸਾਂਬਾ ਨੇ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉੱਪਰ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਤੇ ਇਸ ਦੇ ਲਈ ਉਹ ਫੰਡ ਵੀ ਇਕੱਠੇ ਕਰਨ ਲੱਗਾ। ਹੌਲੀ ਹੌਲੀ ਲਦੇਨ ਨੇ ਅਲਕਾਇਦਾ ਨੂੰ ਇੱਕ ਗਲੋਬਲ ਸੰਗਠਨ ਬਣਾ ਦਿੱਤਾ ਜਿਸ ਦਾ ਹੈੱਡਕੁਆਰਟਰ ਸੀ ਅਫਗਾਨਿਸਤਾਨ ਦੇ ਵਿੱਚ, ਪਰ ਇਹ ਸੰਗਠਨ ਦੇ ਮੈਂਬਰ ਦੁਨੀਆ ਭਰ ਦੇ 50 ਤੋਂ 60 ਦੇਸ਼ਾਂ ਦੇ ਵਿੱਚ ਫੈਲੇ ਹੋਏ ਸਨ। ਸਮਾਂ ਇਸ ਤਰ੍ਹਾਂ ਹੀ ਲੰਘ ਰਿਹਾ ਸੀ ਪਰ ਉਦੋਂ ਹੀ ਕਹਾਣੀ ਦੇ ਵਿੱਚ ਇੱਕ ਦਿਲਚਸਪ ਮੋੜ ਆਇਆ। ਇਰਾਕ ਦੇ ਨਵੇਂ ਬਣੇ ਲੀਡਰ ਸਦਾਮ ਹੁਸੈਨ ਦੀ ਨਜ਼ਰ ਹੁਣ ਸਾਊਦੀ ਅਰਬ ਦੇ ਉੱਪਰ ਸੀ। ਇਹ ਜਾਣ ਕੇ ਤੁਰੰਤ ਲਦੇਨ ਨੇ ਸਾਊਦੀ ਅਰਬ ਦੇ ਕਿੰਗ ਨੂੰ ਲੈਟਰ ਲਿਖਿਆ ਤੇ ਉਸਨੇ ਕਿਹਾ ਕਿ ਮੇਰੇ ਸਿਪਾਹੀ ਤੁਹਾਡੇ ਨਾਲ ਖੜ ਕੇ ਸਦਾਮ ਹੁਸੈਨ ਦੇ ਨਾਲ ਲੜਨ ਦੇ ਲਈ ਬਿਲਕੁਲ ਤਿਆਰ ਨੇ, ਤੁਸੀਂ ਬਸ ਹੁਕਮ ਕਰੋ। ਲਦੇਨ ਲਗਾਤਾਰ ਸਦਾਮ ਦੇ ਖਿਲਾਫ ਆਪਣੇ ਵਲੰਟੀਅਰਸ ਨੂੰ ਮੈਦਾਨ ਦੇ ਵਿੱਚ ਉਤਾਰ ਰਿਹਾ ਸੀ। ਉੱਥੇ 1991 ਦੇ ਵਿੱਚ ਅਮਰੀਕਾ ਨੇ ਕੁਵੈਤ ਦੇ ਵਿੱਚੋਂ ਇਰਾਕ ਦੀ ਸੈਨਾ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਤੇ ਇਸ ਦੇ ਵਿਚਕਾਰ ਹੀ ਇਹ ਖਬਰ ਆਉਂਦੀ ਹੈ ਕਿ ਸਾਊਦੀ ਅਰਬ ਨੇ ਵੀ ਹੁਣ ਅਮਰੀਕਾ ਤੋਂ ਸਦਾਮ ਹੁਸੈਨ ਦੇ ਖਿਲਾਫ ਮਦਦ ਮੰਗ ਲਈ ਹੈ, ਜਦਕਿ ਲਦੇਨ ਅਜਿਹਾ ਬਿਲਕੁਲ ਵੀ ਨਹੀਂ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮੁਸਲਮਾਨ ਦੇਸ਼ਾਂ ਦੇ ਵਿੱਚ ਕੋਈ ਵਿਦੇਸ਼ੀ ਤਾਕਤ ਆਵੇ। ਇਸ ਤੋਂ ਤੁਰੰਤ ਬਾਅਦ ਅਸਾਮਾ ਨੇ ਇੱਕ ਫਤਵਾ ਜਾਰੀ ਕਰ ਦਿੱਤਾ ਜਿਸ ਦੇ ਵਿੱਚ ਉਸਨੇ ਕਿਹਾ ਕਿ ਸਾਰਿਆਂ ਨੂੰ ਅਫਗਾਨਿਸਤਾਨ ਜਾ ਕੇ ਹਥਿਆਰਾਂ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ। ਇਹ ਅਸਾਮਾ ਦਾ ਜਾਦੂ ਹੀ ਸੀ ਕਿ ਉਸਦੇ ਫਤਵੇ ਤੋਂ ਬਾਅਦ 3 ਤੋਂ 4 ਹਜ਼ਾਰ ਲੋਕ ਸਾਊਦੀ ਅਰਬ ਤੋਂ ਸਿੱਧੇ ਅਫਗਾਨਿਸਤਾਨ ਪਹੁੰਚ ਗਏ। ਪਰ ਲਦੇਨ ਦੀ ਇਹ ਹਰਕਤ ਸਾਊਦੀ ਅਰਬ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ, ਇਸ ਲਈ ਉਸਨੇ ਹਮੇਸ਼ਾ ਦੇ ਲਈ ਆਪਣੇ ਦੇਸ਼ ਦੇ ਵਿੱਚੋਂ ਲਦੇਨ ਨੂੰ ਬੈਨ ਕਰ ਦਿੱਤਾ, ਕਿਉਂਕਿ ਸਾਊਦੀ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਅੱਤਵਾਦੀ ਨੂੰ ਪਨਾਹ ਨਹੀਂ ਦੇਣਾ ਚਾਹੁੰਦਾ ਸੀ। ਤੇ ਸਾਊਦੀ ਅਰਬ ਤੋਂ ਨਿਕਲ ਕੇ ਉਸਾਮਾ ਸਿੱਧਾ ਸੁਡਾਨ ਪਹੁੰਚ ਗਿਆ ਤੇ ਉੱਥੇ ਜਾ ਕੇ ਉਸਨੇ ਆਪਣਾ ਕੰਮ ਜਾਰੀ ਰੱਖਿਆ। ਉਸਾਮਾ ਦਾ ਪਹਿਲਾ ਸੁਪਨਾ ਸੀ ਮੁਸਲਮਾਨ ਦੇਸ਼ਾਂ ਦੇ ਵਿੱਚੋਂ ਅਮਰੀਕੀ ਫੌਜ ਨੂੰ ਬਾਹਰ ਕੱਢਣਾ ਤੇ ਇੱਥੋਂ ਹੀ ਸ਼ੁਰੂਆਤ ਹੋਈ ਉਸਦੇ ਅੱਤਵਾਦੀ ਹਮਲਿਆਂ ਦੀ। ਸਭ ਤੋਂ ਪਹਿਲਾ ਹਮਲਾ ਉਸਨੇ ਇੱਕ ਯਮਨ ਦੇ ਹੋਟਲ ਦੇ ਵਿੱਚ ਕੀਤਾ। ਇਹ ਗੱਲ ਹੈ ਜੀ 1992 ਦੀ। ਇਸ ਹਮਲੇ ਦੇ ਵਿੱਚ 2 ਆਸਟ੍ਰੇਲੀਅਨ ਟੂਰਿਸਟ ਮਾਰੇ ਗਏ। ਇਸ ਤੋਂ ਬਾਅਦ ਉਸਨੇ 1993 ਦੇ ਵਿੱਚ ਹੋਰ ਅੱਤਵਾਦੀ ਸੰਗਠਨਾਂ ਦੇ ਨਾਲ ਮਿਲ ਕੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਹਮਲਾ ਕੀਤਾ। ਇਹ ਹਮਲੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਲੋਕ ਫੱਟੜ ਹੋ ਗਏ। ਉਸੇ ਸਾਲ ਹੀ ਸਾਊਦੀ ਅਰਬ ਦੇ ਰਿਆਦ ਸ਼ਹਿਰ ਦੇ ਵਿੱਚ ਇੱਕ ਬਿਲਡਿੰਗ ਦੇ ਸਾਹਮਣੇ ਬੰਬ ਫਟਿਆ। ਇਸ ਇਮਾਰਤ ਦੇ ਵਿੱਚ ਅਮਰੀਕੀ ਸੈਨਾ ਦੇ ਨਾਲ ਜੁੜੇ ਹੋਏ ਲੋਕ ਕੰਮ ਕਰਦੇ ਸਨ, ਜਿਸ ਦੇ ਵਿੱਚ 5 ਅਮਰੀਕੀ ਤੇ 2 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 60 ਤੋਂ ਜ਼ਿਆਦਾ ਲੋਕ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਸਾਮਾ ਨੇ ਅਮਰੀਕੀ ਦੂਤਾਵਾਸਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਸਾਮਾ ਬਿਨ ਲਦੇਨ ਨੇ 1995 ਦੇ ਵਿੱਚ ਸਾਊਥ ਅਫਰੀਕਾ ਦੇ ਨਰੋਬੀ ਅਤੇ ਤੰਜਾਨੀਆ ਦੇ ਵਿੱਚ ਜਿਹੜੇ ਅਮਰੀਕਨ ਦੂਤਾਵਾਸ ਸਨ ਉਹਨਾਂ ਦੀ ਬਿਲਡਿੰਗ ਦੇ ਬਾਹਰ ਉਸਨੇ ਬੰਬ ਫਟਾ ਦਿੱਤੇ। ਇਨ੍ਹਾਂ ਹਮਲਿਆਂ ਦੇ ਵਿੱਚ 224 ਲੋਕ ਮਾਰੇ ਗਏ। ਅਮਰੀਕਾ ਦੇ ਉੱਪਰ ਹੋ ਰਹੇ ਲਗਾਤਾਰ ਹਮਲਿਆਂ ਦੇ ਕਾਰਨ ਅਮਰੀਕਾ ਨੇ ਸੁਡਾਨ ਦੇ ਉੱਪਰ ਉਸਾਮਾ ਬਿਨ ਲਦੇਨ ਨੂੰ ਆਪਣੇ ਦੇਸ਼ ਤੋਂ ਬਾਹਰ ਕੱਢਣ ਦੇ ਲਈ ਜ਼ੋਰ ਪਾਇਆ ਤੇ ਅਮਰੀਕਾ ਦੀ ਵਜ੍ਹਾ ਕਾਰਨ ਸੁਡਾਨ ਨੇ 1996 ਦੇ ਵਿੱਚ ਲਦੇਨ ਨੂੰ ਆਪਣੇ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਲਦੇਨ ਆਪਣੇ 10 ਬੱਚੇ ਤੇ 3 ਪਤਨੀਆਂ ਦੇ ਨਾਲ ਅਫਗਾਨਿਸਤਾਨ ਪਹੁੰਚ ਗਿਆ। ਇੱਥੇ ਆ ਕੇ ਲਦੇਨ ਨੇ ਅਮਰੀਕੀ ਸੈਨਾ ਦੇ ਖਿਲਾਫ ਜਿਹਾਦ ਦਾ ਐਲਾਨ ਕਰ ਦਿੱਤਾ। ਇਸ ਦੇ ਜਵਾਬ ਦੇ ਵਿੱਚ ਅਮਰੀਕਾ ਦੀ ਸੈਨਾ 20 ਅਗਸਤ 1998 ਨੂੰ ਸੁਡਾਨ ਅਤੇ ਅਫਗਾਨਿਸਤਾਨ ਦੇ ਵਿੱਚ ਮੌਜੂਦ ਅਲਕਾਇਦਾ ਦੇ ਟ੍ਰੇਨਿੰਗ ਸੈਂਟਰਾਂ ਦੇ ਉੱਪਰ ਹਮਲਾ ਕਰ ਦਿੰਦੀ ਹੈ। ਇਸ ਹਮਲੇ ਦੌਰਾਨ ਕਈ ਅੱਤਵਾਦੀ ਮਾਰੇ ਗਏ ਪਰ ਲਦੇਨ ਇੱਥੋਂ ਵੀ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ। ਪਰ ਅੱਗੇ ਜਾ ਕੇ ਜਿਹੜਾ ਕੁਝ ਹੋਣ ਵਾਲਾ ਸੀ ਉਹ ਕਿਸਨੇ ਆਪਣੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ। 11 ਸਤੰਬਰ 2001 ਨੂੰ ਲਦੇਨ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰ ਅਤੇ ਪੈਂਟਾਗਨ ਦੇ ਉੱਪਰ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ 3,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਅਮਰੀਕਾ ਅੱਜ ਵੀ ਇਸ ਹਮਲੇ ਦੇ ਵਿੱਚੋਂ ਉੱਭਰ ਨਹੀਂ ਸਕਿਆ। ਇਸ ਹਮਲੇ ਦੇ ਵਿੱਚ ਅਮਰੀਕਾ ਨੇ ਲਦੇਨ ਨੂੰ ਅੱਤਵਾਦੀ ਐਲਾਨ ਦਿੱਤਾ ਤੇ ਵੱਡੇ ਪੱਧਰ ਤੇ ਉਸਦੀ ਭਾਲ ਅਫਗਾਨਿਸਤਾਨ ਦੇ ਵਿੱਚ ਸ਼ੁਰੂ ਕਰ ਦਿੱਤੀ। ਪਰ ਲਦੇਨ ਕਿਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚੋਂ ਵੀ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ। ਪਰ ਆਖਰਕਾਰ ਫਿਰ ਉਹ ਸਮਾਂ ਆਇਆ ਜਦੋਂ 10 ਸਾਲਾਂ ਦੇ ਲੰਬੇ ਇੰਤਜ਼ਾਰ ਦਾ ਫਲ ਅਮਰੀਕਾ ਨੂੰ ਮਿਲਿਆ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਲਦੇਨ ਪਾਕਿਸਤਾਨ ਦੇ ਵਿੱਚ ਲੁਕਿਆ ਹੋਇਆ ਹੈ ਤਾਂ ਅਮਰੀਕਾ ਨੇ ਆਪਣਾ ਇੱਕ ਗੁਪਤ ਮਿਸ਼ਨ ਚਲਾਇਆ। ਇਸ ਮਿਸ਼ਨ ਦੇ ਤਹਿਤ ਅਮਰੀਕਾ ਦੇ ਸਪੈਸ਼ਲ ਕਮਾਂਡੋ ਅਫਗਾਨਿਸਤਾਨ ਦੇ ਵਿੱਚੋਂ ਪਾਕਿਸਤਾਨ ਦੇ ਐਬਟਾਬਾਦ ਵਿੱਚ ਪਹੁੰਚ ਗਏ। ਇਹ ਉਹੀ ਜਗ੍ਹਾ ਸੀ ਜਿੱਥੇ ਉਸਾਮਾ ਬਿਨ ਲਦੇਨ ਰਹਿੰਦਾ ਸੀ। ਤਕਰੀਬਨ 40 ਮਿੰਟ ਚੱਲੇ ਇਸ ਆਪਰੇਸ਼ਨ ਦੇ ਦੌਰਾਨ ਅਮਰੀਕਾ ਦੇ ਕਮਾਂਡੋ ਨੇ ਲਦੇਨ ਦੇ ਸਿਰ ਅਤੇ ਛਾਤੀ ਦੇ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੱਤਾ ਤੇ USA ਦੇ ਨੇਵੀ ਸ਼ਿਪ ਦੇ ਵਿੱਚ ਉਸ ਦੀ ਬਾਡੀ ਨੂੰ ਰੱਖ ਕੇ ਉਹ ਨਾਰਥਨ ਸੀ ਦੇ ਵਿੱਚ ਲੈ ਗਏ ਤੇ 1 ਘੰਟੇ ਤੱਕ ਇਸਲਾਮਿਕ ਰੀਤੀ ਰਿਵਾਜਾਂ ਨੂੰ ਫਾਲੋ ਕਰਦੇ ਹੋਏ ਉਹਨਾਂ ਨੇ ਇੱਕ ਭਾਰੇ ਬੈਗ ਦੇ ਵਿੱਚ ਉਸਾਮਾ ਦੀ ਬਾਡੀ ਨੂੰ ਪਾ ਕੇ ਸਮੁੰਦਰ ਦੇ ਵਿੱਚ ਦਫਨਾ ਦਿੱਤਾ। ਇਸ ਤਰ੍ਹਾਂ ਅੱਤਵਾਦ ਦਾ ਇਹ ਸਰਗਣਾ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਗੁੰਮ ਹੋ ਗਿਆ। ਇਸੀ ਜੀ ਉਸਾਮਾ ਬਿਨ ਲਦੇਨ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋਟੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।